ਅਸਲਾਮੁ ਅਲੈਕੁਮ ਜੀ, ਤੁਸੀਂ ਦੇਖ ਰਹੇ ਹੋ ਤੁਹਾਡਾ ਦੇਸ਼ ਪੰਜਾਬ ਟੀਵੀ ਤੇ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਮਜ਼ਾਨ। ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ, ਨਾਲ ਹੀ ਘੰਟੀ ਦੇ ਬਟਨ ਦਬਾਓ ਕਿ ਇਹਦਾ ਨੋਟੀਫਿਕੇਸ਼ਨ ਮੇਰੇ ਦੋਸਤਾਂ ਤੀਕਰ ਪਹੁੰਚੇ ਔਰ ਤੁਸੀਂ ਦੇਖੋ ਸਭ ਤੋਂ ਪਹਿਲੇ। ਮਾਸ਼ਾਅੱਲਾ ਡੇਲੀ ਦੀ ਨਿਸਬਤ ਚ ਖੂਬਸੂਰਤ ਜਰਮਨ ਲੈ ਕੇ ਹਾਜ਼ਰ ਹੋਈਦਾ। ਅੱਜ ਵੀ ਆਪਣੇ ਵੀਰਾਂ ਵਾਸਤੇ ਮਾਸ਼ਾਅੱਲਾ ਅੱਛੀ ਨਸਲਜ਼ਾਦ ਦੀ ਗਾਂ ਦੀ ਵੀਡੀਓ ਲੈ ਕੇ ਹਾਜ਼ਰ ਹੈ। ਜੱਸੀ ਕਰਾਸ ਹੈ ਮਾਸ਼ਾਅੱਲਾ, ਥਣ ਪੂਰਾ ਮੁੱਠ ਮੁੱਠ ਦਾ ਔਰ ਕੱਚ ਕਾਠ ਮੇਰੇ ਵੀਰਾਂ ਦੇ ਸਾਹਮਣੇ ਮਾਸ਼ਾਅੱਲਾ। ਜਾਨਵਰ ਦੋਸਤਾਂ ਨੇ ਤਸੱਲੀ ਨਾਲ ਦੇਖਣਾ, ਛੋਟਾ ਜਿਹਾ ਮੂੰਹ ਹੈ ਮਾਸ਼ਾਅੱਲਾ, ਛੋਟਾ ਛੋਟਾ ਕੰਨ ਹੈ ਔਰ ਨਸਲ ਜ਼ਾਤ ਚੰਗੀ ਮਾਸ਼ਾਅੱਲਾ ਗਾਂ ਦੀ ਔਰ ਦੋਸਤਾਂ ਵੀਰਾਂ ਦੇ ਸਾਹਮਣੇ। ਬਾਕੀ ਲੈਣੇ ਜਾਣੇ ਮੁਕੱਦਰ ਤੇ ਨਸੀਬ ਦੀ ਗੱਲ ਹੈ। ਹਮੇਸ਼ਾ ਤੁਹਾਡਾ ਦੇਸ਼ ਪੰਜਾਬ ਟੀਵੀ ਕੋਸ਼ਿਸ਼ ਕਰਕੇ ਤੁਹਾਡੇ ਵੀਰਾਂ ਲਈ ਅੱਛੇ ਤੇ ਖੂਬਸੂਰਤ ਜਾਨਵਰ ਲੈ ਕੇ ਆ ਦਿੰਦਾ। ਤਾਜ਼ਾ ਸੂਈਏ ਔਰ ਕਿਨਵਾ ਸੁਆ ਸੂਈਏ, ਕੀ ਇਹਦਾ ਸਾਫ ਕਾਵੇ, ਕੀ ਇਹਦੀ ਗੱਲਬਾਤ ਹੈ, ਉਹ ਭਾਈ ਠੀਕ ਨਾਲ ਸਾਰੀਆਂ ਗੱਲਾਂ ਬਾਤਾਂ ਹੋ ਜਾਣਗੀਆਂ। ਥਣ ਬੜਾ ਲਾਜਵਾਬ ਮਾਸ਼ਾਅੱਲਾ ਔਰ ਪੂਰਾ ਰੋਗ ਰੋਗ ਦਾ ਥਾਣੇ, ਮੱਝ ਵਾਲਾ ਥਾਣੇ ਮੇਰੇ ਵੀਰ ਦੇਖ ਸਕਦੇ ਨੇ। ਤਸੱਲੀ ਨਾਲ ਕੈਮਰਾਮੈਨ ਸਰ ਦਿਖਾਉਣ, ਤਸੱਲੀਆਂ ਮੇਰੇ ਵੀਰਾਂ ਨੇ ਕਰੀਆਂ ਨੇ। ਆਰਡਰ ਕੁਆਲਿਟੀ ਜਾਨਵਰ ਦੀ ਬਹੁਤ ਅੱਛੀ, ਨਸਲ ਆ ਚੰਗੀ ਮਾਸ਼ਾਅੱਲਾ, ਬਰੀਕ ਕਾਗਜ਼ ਵਾਂਗੂ ਚਮੜੀ ਮਾਸ਼ਾਅੱਲਾ ਗਾਂ ਦੀ ਔਰ ਦੋਸਤਾਂ ਵੀਰਾਂ ਦੇ ਸਾਹਮਣੇ ਮਾਸ਼ਾਅੱਲਾ। ਬਾਕੀ ਲੈਣੇ ਦੇ ਨੇ ਮੁਕੱਦਰ ਤੇ ਨਸੀਬ ਦੀ ਗੱਲ। ਹਮੇਸ਼ਾ ਕੋਸ਼ਿਸ਼ ਕੀਤੀ ਵੀਰਾਂ ਵਾਸਤੇ ਅੱਛਾ ਤੇ ਖੂਬਸੂਰਤ ਜਾਨਵਰ ਲੈ ਕੇ ਆ ਰਹੀ ਔਰ ਇਨਸ਼ਾਅੱਲਾ ਤਾਲਾ ਮੈਂ ਉਮੀਦ ਕਰਦਾ ਮੇਰੇ ਦੋਸਤਾਂ ਮੇਰੀ ਅੱਜ ਵਾਲੀ ਵੀਡੀਓ ਪਸੰਦ ਆਈ। ਅਗਰ ਪਸੰਦ ਆਉਂਦੀ ਹੈ ਇਹਨੂੰ ਲਾਈਕ, ਸ਼ੇਅਰ, ਕਮੈਂਟ ਕਰਨ ਦਾ ਮੌਕਾ ਜ਼ਰੂਰ ਇਜ਼ਹਾਰ ਕਰਨਾ। ਮਾਸ਼ਾਅੱਲਾ ਤਾਜ਼ਾ ਸੂਈਏ, ਬੋਲਾ ਛੋਲਾ ਭਾਈ ਨੇ ਚੋ ਲਿਆ ਸੀ, ਨਰਮ ਵਾਨਾ ਪਿਆ ਮੇਰੇ ਵੀਰ ਵੇਖ ਸਕਦੇ ਨੇ। ਮਾਸ਼ਾਅੱਲਾ ਚਵਾਈ ਇਹਦੀ ਹੋ ਚੁੱਕੀ ਹੈ, ਅੱਧੀ ਚਵਾਈ ਕਰ ਲਈ ਸੀ, ਅੱਧੀ ਮਾਸ਼ਾਅੱਲਾ ਖੜੀ ਕਿਉਂਕਿ ਜਾਨਵਰ ਹੈ ਗਰਮ ਰਹਿੰਦਾ ਹੈ ਕਿਉਂਕਿ ਤਾਜ਼ਾ ਸੂਈ ਹੋਈ ਹੈ ਇਸ ਤੋਂ। ਔਰ ਮਾਸ਼ਾਅੱਲਾ ਥਣ ਮੇਰੇ ਵੀਰਾਂ ਦੇ ਸਾਹਮਣੇ, ਰੋਗ ਰੋਗ ਦਾ ਥਾਣੇ, ਮੁੱਠ ਦਾ ਥਾਣੇ ਮਾਸ਼ਾਅੱਲਾ ਮੇਰੇ ਵੀਰ ਦੇਖ ਸਕਦੇ ਨੇ ਔਰ ਬਰੀਕ ਚਮੜੀ ਦੇ ਵਿੱਚ ਔਰ ਨਸਲ ਜ਼ਾਤ ਮਾਸ਼ਾਅੱਲਾ ਜਰਸੀ ਦਾ ਕਰਾਸ ਹੈ ਮਾਸ਼ਾਅੱਲਾ ਵੈੜ ਔਰ ਥਣ ਮਾਸ਼ਾਅੱਲਾ ਚਾਰੇ ਪੀੜ੍ਹੀ ਦੇ ਪਾਵਿਆਂ ਤਰ੍ਹਾਂ ਮਾਸ਼ਾਅੱਲਾ, ਕੋਈ ਫਰਕ ਨਹੀਂ ਥਣਾਂ ਦੇ ਵਿੱਚ ਮੇਰੇ ਵੀਰ ਦੇਖ ਸਕਦੇ ਨੇ। ਚਾਰੇ ਥਣ ਮਾਸ਼ਾਅੱਲਾ ਬਰਾਬਰ ਆ ਦੀ ਲੋਕੇਸ਼ਨ ਤੇ ਖੜੇ ਨੇ ਮਾਸ਼ਾਅੱਲਾ। ਕੈਮਰਾਮੈਨ ਸਾਹਿਬ ਮਿਹਨਤ ਕਰਕੇ ਤੁਹਾਨੂੰ ਦੋਸਤਾਂ ਨੂੰ ਤਸੱਲੀ ਨਾਲ ਜਾਨਵਰ ਦਿਖਾਉਂਦਾ ਔਰ ਮਾਸ਼ਾਅੱਲਾ ਥਣ ਚੱਡਾ ਮਾਸ਼ਾਅੱਲਾ ਬੜਾ ਹੀ ਖੂਬਸੂਰਤ ਹੈ ਔਰ ਥਣ ਚੱਡੇ ਦੀ ਗਰੰਟੀ ਇਨਸ਼ਾਅੱਲਾ ਭਾਈ ਰਫੀਕ ਆਂਦੇ ਨੇ ਦਿਆਂਗੇ ਜਿਸ ਤਰ੍ਹਾਂ ਦੀ ਕੋਈ ਭਾਈ ਮੰਗੇਗਾ। ਔਰ ਮਾਸ਼ਾਅੱਲਾ ਆਰਡਰ ਕੁਆਲਿਟੀ ਦੁੱਧ ਦੀ ਬਹੁਤ ਆਲਾ, ਅੱਛੀ ਨਸਲ ਦਾ ਤੇ ਭਾਈ ਇਹਦਾ ਸੂਆ ਕਿਨੂੰ ਹੈ? ਲੰਬੀ ਟੋਰ, ਲੰਬੀ ਦੂਸਰਾ ਸੂਆ ਹੈ, ਲੰਬੀ ਟੋਰ ਮਾਸ਼ਾਅੱਲਾ ਜੀ ਲਈ ਚਲੋ ਸੋਰੇ। ਮਾਸ਼ਾਅੱਲਾ ਪਸ਼ਮ ਵੀ ਹੈਗੀ ਗਾਂ ਦੇ ਉੱਤੇ ਔਰ ਮਾਸ਼ਾਅੱਲਾ ਬਰੀਕ ਕਾਗਜ਼ ਵਾਂਗੂ ਚਮੜੀ ਮਾਸ਼ਾਅੱਲਾ ਗਾਂ ਦੀ ਔਰ ਮਾਸ਼ਾਅੱਲਾ ਪੂਰੀ ਵਾਪਸ ਲਿਆ ਮੇਰੇ ਵੀਰ ਵੇਖ ਸਕਦੇ ਨੇ। ਕੰਡ ਦੀ ਮਾਸ਼ਾਅੱਲਾ ਉੱਚੀ ਹੈ ਔਰ ਜੇਰ ਜੂਰ ਪਾ ਕੇ ਇਸ ਟਾਈਮ ਗਾਂ ਬਿਲਕੁਲ ਫ੍ਰੀ ਹੈ, ਚਾਲ ਡਾਲ ਮੇਰੇ ਵੀਰਾਂ ਦੇ ਸਾਹਮਣੇ, ਕੋਈ ਮੇਰਾ ਵੀਰਾਂ ਦੀ ਨਜ਼ਰ ਤੋਂ ਓਝਲ ਨਹੀਂ। ਮਾਸ਼ਾਅੱਲਾ ਲਾਮ ਵੇਖ ਲਓ, ਕੱਦ ਕਾਠ ਵੇਖ ਲਓ ਵੈੜ ਦਾ ਔਰ ਨਸਲ ਜ਼ਾਦ ਮੇਰੇ ਵੀਰਾਂ ਨੇ ਦੇਖਣੀ ਹੈ। ਜਿਹੜੇ ਵੀਰ ਮੇਰੇ ਜਾਣਦੇ ਨੇ ਇਸ ਚੀਜ਼ ਨੂੰ, ਇਹ ਮਾਸ਼ਾਅੱਲਾ ਜੇਰ ਪਾ ਕੇ ਜਾਨਵਰ ਇਸ ਟਾਈਮ ਫ੍ਰੀ ਹੈ ਮਾਸ਼ਾਅੱਲਾ, ਜੋ ਉਦੋਂ ਹੀ ਮੁਕੰਮਲ ਗਾਂ ਸੁਣਦੀ ਹੈ ਜਦੋਂ ਜੇਰ ਪਾ ਲੈਂਦੀ ਹੈ। ਮਾਸ਼ਾਅੱਲਾ ਹਾਈਟ ਮੇਰੇ ਵੀਰਾਂ ਦੇ ਸਾਹਮਣੇ ਝੁੰਗੇ ਸਿੰਘ ਨੇ ਔਰ ਮਾਸ਼ਾਅੱਲਾ ਐਂਚੀ ਐਂਚੀ ਦਾ ਸਿੰਘ ਹੈ, ਛੋਟਾ ਛੋਟਾ ਸਿੰਘ ਹੈ ਮਾਸ਼ਾਅੱਲਾ। ਔਰ ਮਾਸ਼ਾਅੱਲਾ ਨਸਲ ਜ਼ਾਤ ਚੰਗੀ ਵੈੜ ਦੀ ਔਰ ਨਸਲਾਂ ਮੇਰੇ ਵੀਰਾਂ ਦੇ ਸਾਹਮਣੇ ਨੇ। ਪਿੱਛੇ ਵੱਛੀ ਹੈ ਔਰ ਵੱਛੀ ਦੀ ਕ੍ਰਾਸ ਚੋਲਸਤਾਨੀ ਹੈ ਔਰ ਮੇਰੇ ਵੀਰ ਦੇਖ ਸਕਦੇ ਨੇ ਦੋਸਤਾਂ ਦੇ ਸਾਹਮਣੇ, ਕੋਈ ਮੇਰੇ ਵੀਰਾਂ ਦੀ ਨਜ਼ਰ ਤੋਂ ਓਝਲ ਨਹੀਂ। ਹਰ ਚੀਜ਼ ਦੀ ਕੈਮਰਾਮੈਨ ਸਾਹਿਬ ਤਸੱਲੀ ਕਰਵਾ ਰਹੇ ਨੇ ਦੋਸਤਾਂ ਵੀਰਾਂ ਦੀ। ਬਾਕੀ ਲੈਣੇ ਦੇਣੇ ਮੁਕੱਦਰ ਨੇ, ਕੋਸ਼ਿਸ਼ ਕਰੀ ਦੀ ਹੈ ਵੱਛੀ ਨੂੰ ਇੱਧਰ ਕਰਨਾ, ਸੂਰਜ ਜਾਨਵਰ ਲੈ ਕੇ ਹਾਜ਼ਰ ਹੋਈ ਔਰ ਮਾਸ਼ਾਅੱਲਾ ਮੈਂ ਆਪਣੇ ਵੀਰਾਂ ਵਾਸਤੇ ਅੱਛੀ ਗਾਂ ਲੈ ਕੇ ਹਾਜ਼ਰ ਹੁੰਦਾ ਔਰ ਇਨਸ਼ਾਅੱਲਾ ਤਾਲਾ ਮੇਰੇ ਵੀਰਾਂ ਨੂੰ ਪਸੰਦ ਵੀ ਆਉਂਦੀ ਹੈ ਔਰ ਇਨਸ਼ਾਅੱਲਾ ਤਾਲਾ ਇਹਦਾ ਰੇਟ ਪੁੱਛਣੇ ਭਾਈ ਰਫੀਕ ਕੋਲੋਂ ਕਹਿੰਦਾ ਪਿਆਰ ਮੁਹੱਬਤ ਵਾਲਾ ਜਿਹੜਾ ਲੈ ਲੈਣਾ ਦੋਸਤਾਂ ਵੀਰਾਂ ਤੋਂ ਉਹ ਕੀ ਇਹਦਾ ਰੇਟ ਛੇਦੇ ਮਾਸ਼ਾਅੱਲਾ। ਇਹ ਵੱਛੀ ਹੈ ਜੀ ਮਾਸ਼ਾਅੱਲਾ, ਰੇਟ ਹੋਣਗੇ ਕੁਝ ਜ਼ਿਆਦਾ ਇਨਸ਼ਾਅੱਲਾ, ਜਾਨਵਰ ਦੇ ਰੇਟ ਵੀ ਹੋਣਗੇ ਔਰ ਜਾਨਵਰ ਦੇ ਮੁਤਾਬਿਕ ਤਾਜ਼ਾ ਸੂਈ ਹੋਈ ਇਹ ਅੱਜ ਮਾਸ਼ਾਅੱਲਾ ਸੂਈ ਨੂੰ ਇਸ ਟਾਈਮ 3 ਤੋਂ 4 ਘੰਟੇ ਹੋ ਗਏ ਨੇ, ਚੁਆਈ ਚੁਈ ਇਹਨੇ ਭਾਈ ਨੇ ਕਰ ਲਈ ਹੈ ਭਾਈ ਰਫੀਕ ਨੇ ਔਰ ਕੁਛ ਦੁੱਧ ਛੱਡਿਆ ਕਿ ਜਾਨਵਰ ਗਰਮ ਰਵੇ ਮਾਸ਼ਾਅੱਲਾ, ਕਿਉਂਕਿ ਸਰਦੀਆਂ ਦੇ ਦਿਨ ਨੇ ਫਿਰ ਤਾਜ਼ਾ ਸੂਈ ਹੈ ਔਰ ਕਿਉਂਕਿ ਥਣਾਂ ਦੇ ਵਿੱਚ ਦੁੱਧ ਸ਼ੁੱਧ ਰਹੇਗਾ ਤੇ ਗਾਂ ਗਰਮ ਰਹਿ ਗਈਆਂ ਸੂਤਕ ਦੇ ਵਿੱਚ ਤੇ ਇਸ ਤੋਂ ਥੋੜਾ ਜਾਨਵਰ ਸਹੀ ਰਹਿੰਦਾ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ, ਕੀ ਹਾਲ ਚਾਲ ਨੇ ਭਾਈ ਜੀ? ਤਬੀਅਤ ਸਹੀ ਭਾਈ ਜਾਨ? ਠੀਕ ਹੈ, ਖੁਸ਼ ਹੋ ਮਾਸ਼ਾਅੱਲਾ, ਹੋਰ ਸਭ ਖੈਰ ਮੇਰੇ? ਇਹ ਵੈੜ ਭਾਈ ਜਾਨ ਆਪਣੇ ਵਪਾਰ ਦੀ ਤੇ ਆਪਣੇ ਘਰ ਦੀ ਤੇ ਇਹ ਭਾਈ ਰਫੀਕ ਦੱਸਣਾ ਕਿ ਮਾਸ਼ਾਅੱਲਾ ਵੈੜ ਦੇ ਦੂਸਰਾ ਸੂਆ ਸੂਈਏ,
ਇਹਨੂੰ ਆਪਣਾ ਬੋਲਾ ਇਹਦੇ ਥੱਲੇ ਮੇਰੇ ਵੀਰ ਨੇ ਕਿੰਨਾ ਚੋਇਆ? ਕਿੰਨਾ ਚੋਇਆ ਸੱਤ ਕੁ ਕਿਲੋ ਚੋਇਆ ਸੱਤ ਕੁ ਕਿਲੋ ਚੋਇਆ ਕੁਛ ਛੱਡ ਦਿੱਤਾ ਬੱਚੇ ਨੂੰ ਛੱਡਿਆ ਕੋਈ ਵਿੱਚ ਛੱਡ ਦਿੱਤਾ ਠੀਕ ਹੋ ਗਿਆ ਪਰ ਫਿਰ ਕਿ ਪਿਛਲੇ ਸੂਏ ਕਿੰਨਾ ਦੁੱਧ ਕਰਦੀ ਰਹੀ ਜੈਨ ਮੈਨ ਜਿਹੜੀ ਜੈਨ ਮੈਨ ਗੱਲ ਹੈ ਨਾ 20 ਕਿਲੋ ਕਰਦ
ਖੁਰਾਕ ਪੈ ਗਈ ਤੇ ਕਰੇਗੀ ਠੀਕ ਹੋ ਗਿਆ। ਜਾਨਵਰ ਦੀ ਤੇ ਆਪਾਂ ਉਹਨੂੰ ਬਿਲਾ ਚਿਚਕ ਦੇ ਸਕਣਾ, ਮੈਂ ਵੀ ਦੇ ਸਕਣਾ ਉਹਨੂੰ, ਬਿਲਕੁਲ ਬਿਲਕੁਲ ਕੋਈ ਉਹਦੇ ਵਿੱਚ ਕੋਈ ਫਰਕ ਤਾਂ ਨਹੀਂ, ਬਿਲਕੁਲ ਨੀ ਇਨਸ਼ਾਅੱਲਾਹ ਤੁਹਾਨੂੰ ਪਾ ਦੇਣਾ ਜੀ ਇਹਦੇ ਵਿੱਚ ਕੋਈ ਵੀ ਨਾ ਕਰਾਉਣ ਦੇ ਆਉਣ ਜਾਉਣ ਦਾ ਕਿਰਾਇਆ ਛੱਡ ਕੇ ਨਾਲ 50,000 ਰੁਪਇਆ ਵੀ ਦਿਆਂ ਕੋਈ ਫਲਟ ਹੋਵੇ ਇਸ ਟਾਈਮ ਇਨਸ਼ਾਅੱਲਾਹ। ਪਿੱਛੇ ਮਾਸ਼ਾਅੱਲਾਹ ਵੱਛੀ ਐ ਸਾਨੂੰ ਤੇ ਪਿਛਲੇ ਸੂਬੇ ਤੋਂ ਜਾਂਦੇ 18-20-22 ਇੱਥੇ ਕਰਦੀ ਰਹੀ ਜਾਂਦੀ ਰਹੀ ਇਸੇ ਤੋਂ ਹੁਣ ਵੀ ਇਨਸ਼ਾਅੱਲਾ 22 ਤੋਂ 20 ਉੱਤੇ ਉੱਤੇ ਜ਼ਿਆਦਾ ਅਰਜੀ ਦਾ ਦਾਦਾ ਦੇਊਗੀ ਅੱਲਾ ਜੀ। ਭਾਈ ਰਫੀਕ ਦੇ ਪਿਆਰ ਮੁਹੱਬਤ ਵਾਲੇ ਪੈਸੇ ਜਿਹੜੇ ਆਪਾਂ ਲੈ ਲੈਣੇ ਨੇ ਦੰਦੀ ਹੋਣ ਵਾਲੀ ਹੈ ਵੈਰ ਨਾਲ, ਇਹ ਹੁਣ ਮੂੰਹ ਕਿਵੇਂ ਹੁਣ ਜਵਾਨ ਹੋਈ, ਹੁਣ ਜਵਾਨ, ਹੁਣ ਛਿੱਗੀ ਹੋਈ ਨਹੀਂ ਜਵਾਨ ਹੋ ਗਈ, ਜਵਾਨ ਹੋ ਗਈ, ਹਾਂ ਵੀ ਕੰਨੀ ਵਾਲੇ ਕੱਢ ਲੈ, ਕੰਨੀ ਵਾਲੇ ਕੱਢ ਲੈ, ਸਹੀ ਹੋ ਗਿਆ। ਕਹਿੰਦੇ ਭਾਈ ਜਾਨ ਪਿਆਰ ਮੁਹੱਬਤ ਵਾਲੇ ਪੈਸੇ ਦੱਸੋ, ਪਿਆਰ ਮੁਹੱਬਤ ਵਾਲੇ ਜਿਹੜੇ ਆਪਾਂ ਲੈਣੇ ਨੇ 2,40,000 ਮੈਨੂੰ ਨੀ ਲੱਗਦਾ ਤੂੰ ਮੁਹੱਬਤ ਪਿਆਰ ਵਾਲਾ, ਨਹੀਂ ਨਹੀਂ ਮੁਹੱਬਤ ਪਿਆਰ ਵਾਲਾ ਮੰਗ, ਕੋਈ ਇਹਦੇ ਚ ਕਦਰ ਕਰਨੀ ਪੈਗੀ 2-4 ਹਜ਼ਾਰ ਦੀ, ਕੋਈ ਵੈਲਿਊ ਨਹੀਂ ਦੀ, ਕੋਈ ਥੋੜੀ ਬਹੁਤੀ ਕਿਰਾਇਆ ਪਾੜਾ ਵੀਰ ਨੂੰ ਛੱਡਣਾ ਪੈਗਾ। ਚਲੋ ਠੀਕ ਆ, ਕੋਈ ਕਿਰਾਇਆ ਮੁਨਾਸਬ ਜੀ ਆਖੋ, ਕਰਾਂਚੀ ਦਾ ਕਿਰਾਇਆ ਉਹ ਤਾਂ ਨਹੀਂ ਛੋੜਦਾ, ਕਰਾਂਚੀ ਦਾ ਇਹਨੇ ਜਾਣਾ ਹੀ ਨਹੀਂ ਦਾ, ਕਰਾਂਚੀ ਤਾਂ ਹੋਰ ਹੀ ਬੜੀਆਂ ਕਾਵਾਂ ਮਾਸ਼ਾਅੱਲਾ ਜੀ। ਜਾਨਵਰ ਮੇਰੇ ਵੀਰਾਂ ਦੇ ਸਾਹਮਣੇ ਮਾਸ਼ਾਅੱਲਾ 2,40,000 ਜਿਹਦੇ ਚ ਪਿਆਰ ਮੁਹੱਬਤ ਪਾਈ ਜਾਂਦਾ, ਮੌਕੇ ਤੇ ਜ਼ਰੂਰ ਦੋਸਤਾਂ ਵੀਰਾਂ ਵਾਸਤੇ ਕਰਾਂਗੇ। ਮਗਰ ਇਹਦੇ ਵੱਛੀ ਇਹ ਤਾਜ਼ਾ ਸੂਈ ਹੈ, ਦੂਸਰਾ ਸੂਆ ਡਿਲੀਵਰ ਕੀਤਾ, ਮੂੰਹੋਂ ਆਉਂਦੇ ਨੇ ਹੁਣ, ਇਸ ਟਾਈਮ ਜਵਾਨ ਨੇ, ਔਰ ਮਾਸ਼ਾਅੱਲਾ ਗਾਂ ਜੱਸੀ ਦੇ ਵਿੱਚ ਕਰਾਸ ਹੈ, ਬਰੀਕ ਚਮੜੀ ਦੇ ਵਿੱਚ ਪਸ਼ਮ ਗਾਂ ਦੇ ਉੱਤੇ ਵੇਖ ਸਕਦੇ ਨੇ ਮੇਰੇ ਵੀਰ, ਵਾਨੇ 'ਤੇ ਵੀ ਅੱਗੇ ਪਿੱਛੇ ਪਸ਼ਮ ਗਾਂ ਦੇ ਉੱਤੇ ਜਿਹਦੇ 'ਚ ਹੁੰਦੀ ਹੈ ਉਹੀ ਦੁੱਧ ਦਿੰਦੀ ਜਿਹੜੀ ਮਾਸ਼ਾਅੱਲਾ ਬਰੀਕ ਚਮੜੀ ਦਿੰਦੀ ਹੈ, ਮਾਸ਼ਾਅੱਲਾ ਦੁੱਧ ਆਰਡਰ ਕੁਆਲਿਟੀ ਚੰਗੀ ਕਰੇਗੀ ਇਨਸ਼ਾਅੱਲਾ ਤਾਲਾ। ਬਾਕੀ ਮੇਰੇ ਵੀਰਾਂ ਦੇ ਨਸੀਬ ਦੀ ਗੱਲ ਹੈ, ਜਿਸ ਵੀਰ ਦੇ ਨਸੀਬ 'ਚ ਹੋਈ ਉਹ ਲੈ ਲੈਗਾ। ਸਾਡਾ ਵਟਸਐਪ ਨੰਬਰ ਹੈ 0-300-8-49-70-147, ਇਹ ਸਾਡਾ ਵਟਸਐਪ ਨੰਬਰ ਹੈ, ਰਾਬਤਾ ਨੰਬਰ ਹੈ। ਇਸ ਵੀਡੀਓ ਨਾਲ ਮੇਜ਼ਬਾਨ ਮੁਹੰਮਦ ਰਮਜ਼ਾਨ ਦੀ ਇਜਾਜ਼ਤ, ਅਗਲੀ ਵੀਡੀਓ ਨਾਲ ਤੁਹਾਨੂੰ ਮਿਲਾਂਗੇ, ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।